ਸ੍ਰੀਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪਕੌੜਿਆਂ ਦੀ ਸਬਜ਼ੀ ਬਣਾਵਾਂਗੇ, ਗੰਢੇ ਦੇ ਪਕੌੜਿਆਂ ਦੀ ਸਬਜ਼ੀ। ਗੰਢਿਆਂ ਦੇ ਚੀਰੇ ਹੋਏ ਗੰਢੇ ਧੋ ਕੇ, ਅਤੇ ਆਹ ਬੇਸਣ ਹੈਗਾ ਅੱਧੀ ਕੌਲੀ, ਇਹਦੇ ਵਿੱਚ ਆਪਾਂ ਲੂਣ ਮਿਰਚ ਪਾਵਾਂਗੇ। ਜਿੰਨਾ ਕੁ ਲੋੜ ਆ ਆਪਾਂ ਉਨਾ ਕੁ ਪਾਵਾਂਗੇ। ਮਿਰਚਾਂ ਥੋੜ੍ਹੀ ਜਿਹੀ, ਹਲਦੀ ਥੋੜ੍ਹੀ ਜਿਹੀ, ਕਾਲੀ ਮਿਰਚ ਪਾਵਾਂਗੇ ਥੋੜ੍ਹੀ ਜਿਹੀ। ਇੰਨੀ ਕੁ ਆਪਾਂ ਅਜਵਾਇਣ ਪਾਵਾਂਗੇ। ਅਤੇ ਆਮਚੂਰ ਪਾਵਾਂਗੇ ਵਿੱਚ। ਇੰਨੀ ਕੁ ਮੇਥੀ ਪਾਵਾਂਗੇ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਾਂਗੇ। ਹੁਣ ਆਪਾਂ ਪਾਣੀ ਪਾਵਾਂਗੇ, ਰਲਾ ਲਿਆ ਇਹਨਾਂ ਨੂੰ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ। ਲਓ ਆਪਾਂ ਚੰਗੀ ਤਰ੍ਹਾਂ ਬੇਸਣ ਮਿਲਾ ਲਿਆ, ਇਸ ਤਰ੍ਹਾਂ ਬਣ ਗਿਆ, ਵਧੀਆ ਬਣ ਗਿਆ। ਅਤੇ ਹੁਣ ਆਪਾਂ ਵਿੱਚ ਗੰਢੇ ਪਾ ਦਿਆਂਗੇ। ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿਆਂਗੇ। ਗੰਢੇ ਆਪਾਂ ਪਤਲੇ ਹੀ ਚੀਰੇ ਹੈ, ਮੋਟੇ ਨਹੀਂ ਰੱਖੇ। ਹੁਣ ਆਪਾਂ ਉੱਤੋਂ 2 ਮਿੰਟ ਢੱਕ ਦਿਆਂਗੇ। ਹੱਥ ਧੋ ਕੇ ਆਪਾਂ ਹੁਣ ਅਤੇ ਅੱਗ ਬਾਲਾਂਗੇ ਚੁੱਲ੍ਹੇ 'ਚ। ਹੁਣ ਆਪਾਂ ਕੜਾਹੀ ਧਰਾਂਗੇ। ਤੇਲ ਪਾਵਾਂਗੇ। ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਪਕੌੜੇ ਪਾਵਾਂਗੇ। ਗਰਮ ਹੋ ਗਿਆ ਹੁਣ ਅਤੇ ਆਪਾਂ ਪਕੌੜੇ ਪਾਵਾਂਗੇ ਵਿੱਚ। ਬਸ ਆਪਾਂ ਇੰਨੇ ਇੰਨੇ ਕਰਕੇ ਪਾਵਾਂਗੇ, ਜ਼ਿਆਦਾ ਨਹੀਂ ਪਾਉਂਦੇ। ਜਦੋਂ ਚੰਗੀ ਤਰ੍ਹਾਂ ਬਰਾਉਂਦ ਹੋ ਗਏ ਫਿਰ ਆਪਾਂ ਕੱਢਾਂਗੇ, ਰੜ ਗਏ ਵਧੀਆ। ਜਦੋਂ ਹੁਣ ਬਰਾਉਂਦ ਹੋ ਗਏ ਤਾਂ ਆਪਾਂ ਕੱਢਾਂਗੇ। ਹੁਣ ਆਪਾਂ ਐਂ ਕਰਕੇ ਸਾਰੇ ਪਾ ਦੇ ਬਣਾ ਲਾਂਗੇ। ਲਓ ਆਪਣੇ ਪਕੌੜੇ ਆ ਵੀ ਬਣ ਗਏ ਅਤੇ ਆਪਾਂ ਇਹ ਵੀ ਕੱਢਾਂਗੇ।
सारे पकौड़े तैयार हो गए हुण ते हुण आपां मसाला कुटांगे तरी बनाउण वास्ते। गंढा लसन हरी मिर्च लो हम आप गंढा लसन हरी मिर्च ये रगड़ ले अपन लून पावांगे लून मिर्च हम जिन्ना क लोड़ है उन्ना क पावांगे कि पकौड़े च भी पाया होया है। थोड़ी जी हल्दी होर पावांगे गरम मसाला टेकी मिर्च पावांगे थोड़ी जी अपना मसाला कुटिया गया तो हम आप कढ़ाई धरांगे लो तेल आप कुसे दे विचों कढ़ लिया तो आप कड़छी तेल रख लिया तो आप तड़का लावांगे थोड़ा जिहा गर्म हो जाए तो ठंडा हो गया पिया पिया लो अपना तेल गर्म है हुण गर्म हो गया तो आप जीरा पावांगे जीरा भी भुज गया तो आप हम कसूरी मेथी पावांगे मसल के पावांगे थोड़ी जी कसूरी मेथी हम आप मसाला पावांगे चंगी तरह यह मसाला भुज गया तो आप टमाटर पावांगे पीसिया होया ग्राइंड किया होया आप कूंडा धो के पहले थोड़ा जिहा पानी का पावांगे मसाला भुज गया कुछ तो आप हम ग्राइंड किए टमाटर दो है दो पावांगे जो टमाटर भी चंगी तरह भुज गया फिर आप पानी पावांगे कुछ बिच लो हुण अपना चंगी तरह मसाला सारा भुज गया तेल छड़ता तो आप हम पानी पावांगे जिन्ना पाउणा है
ਕੱਪ 'ਚ ਥੋੜ੍ਹਾ ਜਿਹਾ ਰਹਿ ਗਿਆ ਬਸ ਇੰਨਾ ਕੁ। ਉੱਤੋਂ ਢੱਕ ਦੇਵਾਂਗੇ, ਜਦੋਂ ਗਰਮ ਹੋ ਗਿਆ ਫਿਰ ਇਹ ਪਾਣੀ ਰਿੱਝਣ ਲੱਗ ਗਿਆ, ਫਿਰ ਆਪਾਂ ਪਕੌੜੇ ਪਾਵਾਂਗੇ। ਹੁਣ ਆਪਣਾ ਪਾਣੀ ਆ ਰਿੱਝਣ ਲੱਗ ਗਿਆ ਮਸਾਲੇ ਵਾਲਾ, ਅਤੇ ਆਪਾਂ ਪਕੌੜੇ ਪਾਵਾਂਗੇ। ਬਹੁਤ ਵਧੀਆ ਸਬਜ਼ੀ ਬਣੂ ਪਕੌੜਿਆਂ ਦੀ। ਆਪਾਂ ਇੱਕ ਮਿੰਟ ਢਕਾਂਗੇ ਬਸ। ਲਓ ਆਪਣੀ ਸਬਜ਼ੀ ਬਣ ਗਈ ਹੁਣ, ਅਤੇ ਆਪਾਂ ਲਾਵਾਂਗੇ, ਕੜਛੀ ਮਾਰ ਲਈਏ ਲਾਵਾਂਗੇ। ਬਹੁਤ ਵਧੀਆ ਸਬਜ਼ੀ ਬਣੀ ਹੈਗੀ ਪਕੌੜਿਆਂ ਦੀ, ਗੰਢੇ ਦੇ ਪਕੌੜਿਆਂ ਦੀ। ਤਰੀ ਵੀ ਗਾੜੀ ਗਾੜੀ ਹੈ। ਦੇਖੋ ਆਪਣੀ ਕਿੱਡੀ ਸਬਜ਼ੀ ਵਧੀਆ ਬਣੀ ਹੈ, ਬਹੁਤ ਸੋਹਣੀ ਲੱਗਦੀ ਹੈ, ਨਾਲੇ ਵਾਸ਼ਨਾ ਬਹੁਤ ਵਧੀਆ ਆਉਂਦੀ ਹੈਗੀ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।